की हाल चाल है? ठीक ठाक हो? तुहानू वेलकम करते हैं अज्ज नवे व्लॉग से। साडे चैनल दा नाम है जी वेले लोकी, ते साडे चैनल नू सबसक्राइब करो, लाइक करो, शेयर करो। साडे काम भी वेले ही है। ते अज तुहानू अग्गे इक वीडियो बना के दिखाई सी मक्की दे ते जदों बिजाई तो लैके ते जदों तई पकदी नहीं आई उद तक दी वीडियो बनी सी। हुण इहदी कटाई शुरू हो गई आ ते आपां तुहानू दिखाउने आ जी इह कटाई होई होई। ते उस तो बाद ए जी हुण कटाई करके उस तो बाद इहनू आपां कढ़णा हुंदा वा, कढ़ के फिर इहदियां छलियां पर्दियां चों कढ़ के ते फिर आपां इहनू गाउणा वा, सुकाउणा पहले ते फिर गाउणा वा। आ जरा तुहानू दिखाउने आ किदां वढ रहे आ। आ देखो जी, आ जरा तुहानू दिखाउने आ आ मक्की वड्डी होई गई आ पक्कण वास्ते। आ देखो जरा छिलना, छिल के फिर इन होंगे सुकाउणा। माशाल्लाह चंगा पिया, चेक करो यार कम नहीं खोना। ਤੁਸੀਂ ਆਪਣਾ ਕੰਮ ਕਰ ਲਓ, ਤੁਸੀਂ ਝਾੜੀ ਲੈਣੀ ਹੈ। ਮਾਸ਼ਾਅੱਲਾ ਕਿ ਚੱਲੀ ਨੇ, ਦਾਣਾ ਮੋਟਾ ਪਿਆ, ਸੋਹਣੀ ਚੱਲੀ ਆ। ਅਤੇ ਅੱਲਾ ਖੈਰ ਕਰੇ। ਇਹ ਹੈਗਾ ਥਾਂ ਕਿੰਨਾ ਵਾ? ਸਾਡਾ ਤਕਰੀਬਨ 1.25 ਕਿੱਲਾ ਬੀਜਿਆ ਸੀਗਾ। ਅੱਲਾ ਖੈਰ ਕਰੇ, ਇਹਦੇ ਵਿੱਚ ਹੋ ਹੀ ਜਾਣੀ ਆ ਕੁਛ ਹੋਕਮਾਂ ਇਨਸ਼ਾਅੱਲਾ। ਅੱਛਾ, ਵੱਡਨ ਤੂੰ ਲਾਇਆ ਤੇ ਪੁੱਛਦਾ ਕੋ ਕਿੰਨੀ ਬੀਜੀ ਆ? ਫਿਰ ਤੈਨੂੰ ਇਹਨਾਂ ਨੂੰ ਪਤਾ ਹੁੰਦਾ ਵੀ ਯਾਂ ਪੇ ਹੱਥ ਪਾਈ ਹੋ ਚੁੱਕੇ ਹੈ, ਹੱਥ ਪਾਈ ਹੋ ਚੁੱਕੇ ਹੈ, ਡਾਂਗੇ ਖੜਕ ਰਹੀ ਆ ਇੱਕ ਦੂਸਰੇ ਕੋ। जो आप वीडियो में पहले देख चुके हैं, आप इसको पहले देख चुके हैं। तेरी कहाँ लिया तूने? और चाहते हम आ देखो जी जरा लिया लिया गया जा। हम आज ला बड़ी गई है सारी, बाग बड़ा हो रहा, अल्लाह खैर करे किन्नू दा बाग है। ते ਮਾ ਹੌਲੀ ਹੌਲੀ ਫਿਰ ਇਹਦੇ ਵਿੱਚ ਫਸਲ ਹੁਣ ਹਟ ਜਾਣੀ ਆ। ਫਸਲ ਦਾ ਫਿਰ ਖਰਚਾ ਜੋ ਬਾਅਦ ਵਿੱਚ ਵੀਜਦੇ, ਫਿਰ ਬਾਅਦ ਵਿੱਚ ਫਸਲ ਦਾ ਖਰਚਾ ਵੀ ਪੂਰਾ ਹੋਣਾ। ਤੇ ਉਹ ਕਟਾ ਦੇਖੋ ਸਾਡਾ ਲੱਗਾ ਹੋਇਆ, ਦੇ ਤੇਰੇ ਦੀ ਦੇ ਤੇਰੇ ਦੂੜਾ ਪੱਟ ਰਿਹਾ, ਦੂੜਾ ਦੂੜਾ ਪੱਟੀ ਅੰਦਰ। ਅੱਛਾ, ਅੱਜ ਇਹਨੇ ਦੂੜਾ ਪੱਟਤੀਆਂ, ਅੱਜ ਬ੍ਰੇਕੋ ਬਗੈਰ ਆਇਆ ਅੱਜ ਕਸਮ ਹੈ। ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ ਚਰ ਸਾਹਿਬ? ਠੀਕ ਠਾਕ ਜੀ। ਠੀਕ ਠਾਕ ਸੁਣਾਓ ਫਿਰ, ਮੱਕੀ ਦੀ ਕੀ ਸੂਰਤ ਹਾਲ? ਮੱਕੀ ਜੀ ਅੱਲਾ ਖੈਰ ਕਰੇ, ਬਸ ਪੱਕ ਗਈ ਆ ਹੁਣ ਅਤੇ ਇਹ ਵੱਢਣੀ ਸ਼ੁਰੂ ਕਰ ਲਈ, ਅੱਧੀ ਕੁ ਵੱਢ ਹੋ ਗਈ, ਅੱਧੀ ਕੁ ਰਹਿ ਗਈ ਆ। ਅਤੇ ਇਸ ਤੋਂ ਬਾਅਦ ਇਹਨੂੰ ਆਪਾਂ ਘਰ ਖੜ ਕੇ ਅਤੇ ਪਰਦਿਆਂ ਤੋਂ ਲਾ ਦੇਣੇ, ਪਰਦੇ ਉੱਤੋਂ ਲਾ ਕੇ, ਪਰਦੇ ਲਾ ਕੇ ਨਾ ਇਹਦੇ 'ਤੇ ਫਿਰ ਇਹਨੂੰ ਛਲੀਆਂ ਲੈਣਾ, ਸੁਕਾ ਸੁਕਾ ਕੇ ਅਤੇ ਫਿਰ ਆਪਾਂ ਇਹਨੂੰ ਗੁਣ ਤਕਰੀਬਨ 2 ਮਹੀਨੇ ਲਾ ਜਾਣਾ ਸੁੱਕਦੇ ਸੁੱਕਦੇ। ਧੁੱਪ ਜਿਹੜਾ ਹਲਕੀ ਆ ਹੁਣ, ਅੱਜ ਕੱਲ੍ਹ ਸਰਦੀਆਂ ਆ ਗਈਆਂ, ਧੁੱਪ ਹਲਕੀ ਆ, 2 ਮਹੀਨਾ ਕੁ ਤਾਂ ਲੱਗ ਹੀ ਜਾਣਾ, ਧੁੱਪ 2-3 ਮਹੀਨਾ ਤਾਂ ਲੱਗ ਹੀ ਜਾਣਾ ਸੁੱਕਦਿਆਂ। ਅਤੇ ਉਸ ਤੋਂ ਬਾਅਦ ਇਹ ਜਿਹੜੀ ਪੈਲੀ ਆਪਾਂ ਵੱਢਦੇ ਪਏ ਹਾਂ, ਇਹਦੇ ਵਿੱਚੋਂ ਇਹਦੇ ਵਿੱਚ ਮੁੜ ਕੇ ਗਾਂਹ ਵੀ ਨਹੀਂ ਪੈਣਾ ਇਸ ਪੈਲੀ ਦੇ। ਅਤੇ ਆ ਹੁਣ ਇਹਨੂੰ ਜ਼ਰਾ ਵੱਢ ਹੋ ਗਈ ਨਾ ਮੱਕੀ ਸਾਰੀ, ਵੱਢ ਕੇ ਇਸ ਤੋਂ ਬਾਅਦ ਇਹਦੇ 'ਚ ਕਣਕ, ਅਤੇ ਇਹਨੂੰ ਪਹਿਲੇ ਵਾਹੁਣਾ ਵਾ, ਰੂਟਾ ਰੂਟਾ ਫੇਰਾਂਗੇ, ਇਹਦੇ ਖੂੰਗਾ ਜਿਹਾ ਬਣੇ ਹੋਏ ਸਾਰੇ ਇੱਕ ਵਾਰੀ ਨਾ ਰਗੜ ਹੋ ਜਾਣਗੇ। ਫਿਰ ਆਪਾਂ ਇਹਨੂੰ ਇਹਦੇ 'ਤੇ ਬੀਜਣੀ ਆ ਕਣਕ, ਅਤੇ ਰੋਣੀ ਛੋਣੀ ਕਰਕੇ ਸੁੱਤੀ ਰੱਖ ਕੇ ਉਹਦਾ ਮੀਂਹ ਲੈ ਗਿਆ ਵਾ ਇੱਕ ਵਾਰੀ, ਅਤੇ ਰਗੜਨਾ ਫਸਲਾਂ ਨੂੰ ਵੀ ਸਾਹ ਆ ਗਿਆ, ਨਹੀਂ ਤਾਂ ਗਰਮੀ ਬਹੁਤ ਸੀ ਅੱਗੇ। ਲਓ ਜੀ ਆ ਪੱਠੇ ਵੱਢ ਲਏ ਆ, ਹੁਣ ਮੁੰਡਿਆਂ ਨੇ ਲੱਦਣ ਲੱਗੇ ਆ। ਤੂੰ ਬਕਵਾਸ ਬੰਦ ਕਰ, ਇਹ ਤੇਰੀ ਖੈਰ ਜੀ ਵਿੱਚ ਦੱਸ ਦਿਆ। ਆਹ ਖੜੀ ਆ ਜੀ ਮਿੱਤਾਂ ਦੀ ਟਰਾਲੀ, ਇਹਦੇ ਪੱਠੇ ਵੜਨੇ ਸੌਖੇ ਆ, ਪੁੱਛ ਕੇ ਦੇਖੋ ਜਿਹਨਾਂ ਨੇ ਵੜਨੇ ਹੁੰਦੇ ਸਵੇਰੇ ਸਵੇਰੇ ਆ ਕੇ। ਵੜਨੇ ਤਾਂ ਵੜਨੇ ਹੀ, ਉਹ ਚੰਗੇ ਭਲੇ ਨੌਕਰੀ ਕਰਦੇ ਹੁੰਦੇ ਸੀ ਭਰਾਵਾ। ਉਧਰ ਵੀ 2 ਪਾਰਟੀਆਂ ਲੱਗੀਆਂ ਹੋਈਆਂ ਵਾ, ਉਹ ਉੱਥੇ ਉਹ ਸਾਹਮਣੇ ਰੇੜੀ ਖਲੋਤੀ ਆ, ਉਹ ਰੇੜੀ ਵਾਸਤੇ ਆ ਉਹਨਾਂ ਦੇ ਇੰਜਣ ਖੜੇ ਆ, ਰੇੜੀ ਦਾ ਇੰਜਣ।
बस और दो चार दिन लगने अल्लाह खैर करे वड हो जानी मक्की फिर तो वड के फिर अपने वहा के दुकानी रोनी मतलब एदी रोनी कर देनी है कणक की तो करके तो फिर उसे फेर देना रूटा बेच के तो कणक बीज देनी है अल्लाह खैर करे। लो जी अज का साढ़ा इन्ने ब्लॉग से तो असी मक्की की पहली वीडियो बनाई सी उस मतलब तुम अस थोड़ी होर इनफॉर्मेशन दे दीए तो ओके जी अल्लाह हाफिज साढ़े चैनल में सबसक्राइब करो वीडियो वाच करो ओके जी अल्लाह हाफिज नाल दस्यो कि लगी तुम वीडियो अल्लाह हाफिज जी।